ਪਟਿਆਲਾ ਦੇ ਰੋਗਲਾ ਹੈੱਡ ਦੇ ਵਿੱਚੋਂ ਲੰਘਦੀ ਭਾਖੜਾ ਨਹਿਰ ਦੇ ਇੱਕ ਕਿਨਾਰੇ ਦੇ ਵਿੱਚ ਪਾੜ ਪੈਣਾ ਸ਼ੁਰੂ ਹੋ ਗਿਆ। ਮੈਂ ਉਸ ਜਗ੍ਹਾ ਦੇ ਉੱਪਰ ਮੌਜੂਦ ਹਾਂ ਜਿੱਥੇ ਰਾਤ ਤੋਂ ਹੀ ਜਿਹੜੇ ਪਿੰਡ ਵਾਸੀ ਨੇ ਇਸ ਜਿਹੜਾ ਪਾੜ ਪੈਣਾ ਸ਼ੁਰੂ ਹੋ ਗਿਆ ਉਹਦੀ ਨਿਗਰਾਨੀ ਕਰ ਰਹੇ ਨੇ। ਤੁਸੀਂ ਤਸਵੀਰਾਂ 'ਚ ਦੇਖ ਲਓ ਕਿ ਪਿੰਡ ਵਾਸੀਆਂ ਦੇ ਵੱਲੋਂ ਹੀ ਇੱਥੇ ਦਰੱਖਤਾਂ ਦੇ ਟਾਹਣੇ ਤੋੜ ਕੇ ਲਾਏ ਗਏ ਨੇ ਕਿ ਤਾਂ ਕਿ ਕੋਈ ਵੀ ਵਿਅਕਤੀ ਇੱਧਰ ਨਾ ਜਾ ਸਕੇ, ਕਿਉਂਕਿ ਰਾਤ ਤੋਂ ਲੈ ਕੇ ਲਗਾਤਾਰ ਇੱਥੇ ਜਿਹੜੀ ਮਿੱਟੀ ਹੈ ਉਹ ਖੁਰਦੀ ਜਾ ਰਹੀ ਹੈ। ਕਿਨਾਰੇ ਨੇ ਜਿਹੜੇ ਭਾਖੜਾ ਦੇ ਉਹ ਟੁੱਟ ਚੁੱਕੇ ਨੇ, ਅਤੇ ਦੂਜੇ ਪਾਸੇ ਤੁਹਾਨੂੰ ਪਾਣੀ ਦਾ ਲੈਵਲ ਦਿਖਾ ਦਈਏ ਕਿ ਪਾਣੀ ਦਾ ਲੈਵਲ ਵੀ ਨਹੀਂ ਘਟ ਰਿਹਾ, ਜਿਸ ਕਰਕੇ ਜਿਹੜੇ ਪਿੰਡ ਵਾਸੀ ਨੇ ਉਹਨਾਂ ਦੀ ਜਿਹੜੀ ਚਿੰਤਾ ਹੈਗੀ ਉਹ ਲਗਾਤਾਰ ਵੱਧਦੀ ਜਾ ਰਹੀ ਹੈ ਕਿ ਹੋ ਸਕਦਾ ਕਿ ਜੇ ਪਾੜ ਲਗਾਤਾਰ ਵੱਧਦਾ ਰਿਹਾ ਤਾਂ ਨਾਲ ਜਿਹੜੇ ਪਿੰਡ ਨੇ ਫਸਲ ਹੈ ਖੇਤ ਨੇ ਉਹਨਾਂ ਦਾ ਨੁਕਸਾਨ ਹੋ ਸਕਦਾ, ਕਿਉਂਕਿ ਪਾਣੀ ਭਾਖੜਾ ਨਹਿਰ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ, ਦੱਸਣ ਦੀ ਕਿਸੇ ਨੂੰ ਲੋੜ ਨਹੀਂ ਹੈਗੀ। ਦੂਜੇ ਪਾਸੇ ਮੇਰੇ ਨਾਲੋਂ ਪਿੰਡ ਵਾਸੀ ਵੀ ਨੇ ਜਿਹੜੇ ਰਾਤ ਤੋਂ ਇੱਥੇ ਨਿਗਰਾਨੀ ਰੱਖ ਰਹੇ ਨੇ, ਉਹਨਾਂ ਨਾਲ ਵੀ ਗੱਲ ਕਰ ਲੈਂਦੇ ਹਾਂ। ਵੀਰ ਜੀ ਕੀ ਨਾਮ ਕੀ ਹੈ ਤੁਹਾਡਾ? ਵੀਰ ਜੀ ਮੇਰਾ ਨਾਮ ਭਜਨ ਸਿੰਘ ਹੈ, ਪਿੰਡ ਮੇਰਾ ਲੰਘ ਹੈ ਜੀ, ਮੈਂ ਨਹਿਰ ਦੀ ਪਟੜੀ ਨੂੰ ਆਉਣਾ ਜੀ। ਠੀਕ ਹੈ ਸਰ, ਮੈਂ ਹੁਣ ਆਉਂਦੇ ਹੋਏ ਦੇਖਿਆ ਵਾਂ ਵੀ ਕੋਈ ਗੱਲਬਾਤ ਹੋ ਗਈ ਵੀ ਜਦ ਉੱਥੇ ਬੰਦੇ ਇਕੱਠੇ ਹੋਏ ਨੇ, ਮੈਨੂੰ ਇਹ ਸੀ ਨਾ ਸਾਡੇ ਰੋੜੇਵਾਲਾ ਸਾਹਿਬ ਵੀ ਅੱਜ ਦੇ ਦਿਨ ਮੇਰਾ ਖਿਆਲ ਉੱਥੇ ਅੱਜ ਬਰਸੀ ਹੈ, ਉਹਦੇ ਵਾਸਤੇ ਮੈਂ ਪੈਸੇ ਵੱਖਰੇ ਪਾ ਕੇ ਲਿਆ ਤੇ ਮੈਂ ਚਲੋ ਜੇ ਸੇਵਾ ਚੱਲਦੀ ਹੋਈ ਉੱਥੇ ਸੇਵਾ ਜ਼ਰੂਰ ਪਾ ਕੇ। ਉਰੇ ਕੀ ਹਾਲਾਤ ਕੀ ਨੇ? ਉਰੇ ਹਾਲਾਤ ਜੀ ਹੁਣ ਆ ਕੇ ਦੇਖ ਕੇ ਪਤਾ ਲੱਗਿਆ ਪਾੜ ਗਏ, ਪਾੜ ਪਿਆ ਪਿਆ ਜੀ ਇਹ। ਇਹਨੂੰ ਵੀਰ ਜੀ ਨੂੰ ਪੁੱਛਿਆ, ਕਹਿੰਦੇ ਵੀ ਕੱਲ੍ਹ ਦਾ ਪਾੜ ਪਿਆ ਹੋਇਆ ਉਰੇ, ਕੋਈ ਨਿਗਰਾਨੀ ਰੱਖੀ? ਨਿਗਰਾਨੀ ਦੇਖੋ ਸਰ, ਜਿਵੇਂ ਹੁਣ ਉੱਥੇ ਥੈਲੇ ਲਾਏ ਨੇ ਉਹ ਥੈਲੇ ਲਾਏ ਨੇ, ਆਹ ਥੋੜ੍ਹੇ ਦਿਨ ਹੋਏ ਨੇ ਥੈਲੇ ਲਾਏ ਨੂੰ, ਇੱਥੋਂ ਕਿਹੜਾ ਜਦ ਇੱਟਾਂ ਨਹੀਂ ਨਿਕਲੀਆਂ ਹੋਣਗੀਆਂ। ਅੱਜ ਕੱਲ੍ਹ ਹਾਲਾਤ ਇਹ ਹੋ ਗਏ ਵੀ ਹਾਥੀ ਦੇ ਦੰਦ ਦਿਖਾਉਣ ਵਾਸਤੇ ਹੋਰ ਨੇ ਅਤੇ ਖਾਣ ਵਾਸਤੇ ਹੋਰ ਨੇ। ਇਹਨਾਂ ਦਾ ਕਾਰਨ ਕੀ ਹੁੰਦਾ? ਮੈਂ ਇੱਕ ਛੋਟਾ ਜਿਹਾ ਜ਼ਿਮੀਂਦਾਰ ਹਾਂ, ਕੋਈ ਬਹੁਤਾ ਵੱਡਾ ਨਹੀਂ, ਆਪਣੀ ਕਿਰਤ ਕਮਾਈ ਦੇ ਖਾਣ ਕਰਕੇ ਖਾਣ ਵਾਲੇ ਲੋਕ ਹਾਂ ਅਸੀਂ। ਪਰ ਸਾਨੂੰ ਸਭ ਤੋਂ ਬੜੀ ਮੁਸੀਬਤ ਇਹ ਆਉਂਦੀ ਹੈ ਨਾ ਜਦੋਂ ਸਰਕਾਰਾਂ ਸਾਨੂੰ ਕਹਿੰਦੀਆਂ ਨੇ, ਸਰਕਾਰ ਸਾਡਾ ਕਿਸੇ ਸਰਕਾਰ ਗੱਲ ਕੋਈ ਸੰਬੰਧ ਨਹੀਂ, ਭਾਵੇਂ ਅਕਾਲੀਆਂ ਦੇ ਭਾਵੇਂ ਕਾਂਗਰਸ ਜਾਂ ਭਾਵੇਂ ਆਪ ਵਾਲੀ ਹੋਵੇ, ਕੋਈ ਮਰਜ਼ੀ ਹੋਵੇ, ਸਿਰਫ ਜਿਹੜਾ ਕਿਰਤੀ ਕੰਮਾਂ ਹੁੰਦਾ ਉਹਨੂੰ ਕਿਸੇ ਤੱਕ ਕੋਈ ਲੋੜ ਨਹੀਂ, ਉਹਨੂੰ ਸਿਰਫ ਆਪਣੀ ਸੁਵਿਧਾ ਹੋਣੀ ਚਾਹੀਦੀ ਆ। ਉਹ ਸੁਵਿਧਾ ਕਾਹਦੀ ਹੋ ਗਈ ਜੇ ਆਹ 4 ਦਿਨ ਹੋਏ ਨੇ ਜਾਂ ਮੇਰਾ ਖਿਆਲ ਹਫ਼ਤਾ ਹੋਇਆ ਨਹੀਂ ਉਹ ਥੈਲੇ ਲਾਏ ਨੂੰ, ਇਹ ਕਿਹੜਾ ਉਹਨਾਂ ਨੂੰ ਜਦ ਦਿਖਿਆ ਨਹੀਂ ਹੈਗਾ? ਠੀਕ ਹੈ, ਕਹਿੰਦੇ ਜੀ ਹਫ਼ਤਾ ਪਹਿਲਾਂ ਉੱਥੇ ਸਾਹਮਣੇ ਥੈਲੇ ਲਾ ਗਏ ਸੀ ਵੀ ਜਿਹੜੀ ਭਾਖੜਾ ਨਹਿਰ ਦਾ ਕਿਨਾਰਾ ਖੁਰ ਰਿਹਾ, ਪਰ ਉਸ ਤੋਂ ਬਾਅਦ ਇਹਨਾਂ ਨੂੰ ਸਾਹਮਣੇ ਪਾੜ ਨਹੀਂ ਦਿਖੇ ਅਤੇ ਕਈ ਫੁੱਟ ਜਿਹੜਾ ਪਾੜ ਹੈਗਾ ਖੋਰਾ ਲੱਗਣਾ ਸ਼ੁਰੂ ਹੋ ਗਿਆ। ਮੇਰੇ ਨਾਲ ਹੋਰ ਪਿੰਡ ਵਾਸੀ ਇਲਾਕਿਆਂ ਨਿਵਾਸੀ ਮੌਜੂਦ ਨੇ। ਵੀਰ ਜੀ ਕੀ ਨਾਮ ਹੈ ਆਪਣਾ? ਕੁਲਦੀਪ ਸਿੰਘ ਹੈ ਜੀ। ਕੁਲਦੀਪ ਜੀ, ਕਿਸ ਤਰ੍ਹਾਂ ਦੇ ਹਾਲਾਤ ਸੀ ਰਾਤ ਨੂੰ, ਕੀ ਹੋਇਆ ਸੀ? ਰਾਤ ਤਾਂ ਉਰੇ ਤਕਰੀਬਨ ਸਾਰਾ ਪਿੰਡ ਖੜਿਆ ਸੀ ਜੀ, ਡਾਕਟਰ ਸਾਹਿਬ ਵੀ ਆਏ ਸੀਗੇ ਜਿਹੜੇ ਮੌਜੂਦਾ ਮੰਤਰੀ ਨੇ, ਅੱਛਾ ਹੋਰ ਪਾਰਟੀਆਂ ਦੇ ਵੀ ਆ ਕੇ ਗਏ ਨੇ, ਸਾਰੇ ਤਕਰੀਬਨ ਦੇਖ ਕੇ ਫੋਟੋਆਂ ਖਿੱਚ ਕੇ ਚਲੇ ਗਏ। ਡਾਕਟਰ ਸਾਹਿਬ ਤਾਂ ਇੱਥੋਂ ਤੱਕ ਵੀ ਕਹਿ ਕੇ ਗਏ ਵੀ ਸਾਡਾ ਪਰਿਵਾਰ ਹੈ, ਠੀਕ ਹੈ, ਪਰ ਪਰਿਵਾਰ ਦੇ ਵਿੱਚ ਆਪਾਂ ਸੌ ਨਹੀਂ ਸਕਦੇ ਹੈਗੇ, ਠੀਕ ਹੈ ਕਿ ਨਹੀਂ? ਹਾਂ, ਪਿੰਡ ਨੂੰ ਸਾਰੇ ਨੂੰ ਰਾਤ ਦੀ ਨੀਂਦ ਨਹੀਂ ਆਈ ਹੈਗੀ। ਅੱਛਾ, ਜੇ ਟੁੱਟ ਜਾਂਦੀ ਹੈ ਤਾਂ ਇਕੱਲਾ ਜੱਸੋਵਾਲ, ਰੋਂਗਲਾ, ਬਾਰਨ, ਅੱਛਾ ਪਟਿਆਲਾ, ਹਾਂਜੀ ਹਾਂ, ਲਗਭਗ ਅੱਧਾ ਪਟਿਆਲਾ ਤੇ ਇਧਰੋਂ ਹੋਰ ਦਰਜਨ ਪਿੰਡਾਂ ਨੂੰ। ਵੀਰ ਜੀ, ਕੋਈ ਪਾਣੀ ਪਾਣੀ ਦਾ ਲੈਵਲ ਡਿਪਾਰਟਮੈਂਟ ਘਟਾਉਣ ਦੀ ਕੋਸ਼ਿਸ਼ ਕੀਤੀ? ਅਸੀਂ ਦੇਖਿਆ ਸੀ ਕਿ ਕਿਨਾਰਿਆਂ ਤੋਂ ਸਿਰਫ 2-3 ਫੁੱਟ ਨੀਵੀਂ ਭਾਖੜਾ ਚੱਲ ਰਹੀ ਹੈ ਇਸ ਵੇਲੇ, ਤੇ ਉਹ ਕਿਨਾਰਿਆਂ ਨੂੰ ਖੋਰਾ ਲੱਗ ਰਿਹਾ ਪਾਣੀ ਨਾਲ। ਇਹ ਪਾਣੀ ਆ ਜਿਹੜਾ ਪਿਛਲੇ 15 ਦਿਨਾਂ ਤੋਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ, ਸਾਨੂੰ ਨਹੀਂ ਪਤਾ ਕਿਉਂ ਚੱਲ ਰਿਹਾ। ਅੱਗੇ ਇਹਦੇ ਵਿੱਚ ਨਾ 4 ਪੌੜੀਆਂ ਨੰਗੀਆਂ ਹੁੰਦੀਆਂ ਨੇ, ਉੱਧਰ ਪਰਲੇ ਪਾਸੇ ਪੌੜੀਆਂ ਲੱਗੀਆਂ ਨੇ, ਹੁਣ ਸਿਰਫ ਉਹ 2 ਪੌੜੀਆਂ ਨੰਗੀਆਂ ਨੇ। ਹਾਂ ਹਾਂ ਹਾਂ, ਇਹਦੇ ਜ਼ਿਆਦਾਤਰ ਇਹ ਖੜਨ ਦਾ ਕਾਰਨ ਵੀ ਪਾਣੀ ਦਾ ਤੇਜ਼ ਬਹਾਓ ਅਤੇ ਜਿਹੜਾ ਜ਼ਿਆਦਾ ਪਾਣੀ ਛੱਡਣ ਦਾ ਉਹ ਹੈ। ਇਹ ਰਿਪੇਅਰ ਹੋ ਸਕਦੀ ਸੀ ਤਾਂ ਰਾਤ ਸਾਨੂੰ ਕਹਿੰਦੇ ਅਸੀਂ ਥੈਲੇ ਲਾ ਦਿੰਦੇ, ਸਾਰਾ ਪਿੰਡ ਉਰੇ ਖੜਾ। ਦੱਸੋ ਜਿਹੜੀ ਭਾਖੜਾ ਮੇਨ ਲਾਈਨ ਦੇ ਅਧਿਕਾਰੀ ਨੇ, BML ਵਾਲੇ ਨੇ ਜਾਂ ਨਹਿਰੀ ਵਿਭਾਗ ਹੈਗਾ, ਉਹਨਾਂ ਤੋਂ ਕੋਈ ਅਫਸਰ ਆਇਆ, ਕੋਈ ਲੇਬਰ ਆਈ ਹੈ ਵੀ ਇੱਥੇ ਮਿੱਟੀ ਲਾ ਕੇ ਜਾਂ ਥੈਲੇ ਲਾ ਕੇ ਇਹਨੂੰ ਰੋਕਿਆ ਜਾ ਸਕੇ? ਸਾਡੇ ਸਾਹਮਣੇ ਬਿਲਕੁਲ ਕੋਈ ਨਹੀਂ ਆਇਆ ਜੀ, ਆਉਂਦਾ ਹੁੰਦਾ ਤਾਂ ਇੱਥੇ ਰਾਤ ਤੱਕ ਗੱਡੀ ਗਿਰ ਗਈ ਹੁੰਦੀ,
ਠੀਕ ਹੈ ਕਿ ਨਹੀਂ? ਹੁਣ ਤੱਕ ਅਸੀਂ ਹੁਣ ਤੱਕ ਕੋਈ ਨਹੀਂ ਆਇਆ ਹੈਗਾ। ਹਾਂਜੀ ਬਿਲਕੁਲ, ਦੇਖੋ ਪਿੰਡ ਵਾਲੇ ਕਹਿੰਦੇ ਜੀ ਕੋਈ ਅਧਿਕਾਰੀ ਇੱਥੇ ਨਹੀਂ ਆਇਆ, ਕਈ ਆਗੂ ਆਏ ਸੀ ਵੱਖ ਵੱਖ ਪਾਰਟੀਆਂ ਦੇ, ਉਹ ਇੱਥੇ ਆਏ ਨੇ ਚੈੱਕ ਕਰਕੇ ਚਲੇ ਗਏ ਨੇ, ਪਰ ਅਜੇ ਤੱਕ ਭਾਖੜਾ ਦਾ ਜਿਹੜਾ ਪਾਣੀ ਦਾ ਲੈਵਲ ਹੈ ਉਹ ਵੀ ਨਹੀਂ ਘਟਾਇਆ ਗਿਆ, ਜਿਸ ਕਰਕੇ ਇਸ ਜਿਹੜਾ ਪਾੜ ਪੈ ਰਿਹਾ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਜਿਹੜੀ ਪੱਟੜੀ ਹੈ, ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਇਹ ਕੀ ਖੋਖਲੀ ਹੋ ਚੁੱਕੀ ਹੈ, ਯਾਨੀ ਕਿ ਜਿੱਥੇ ਟਾਹਣੇ ਰੱਖੇ ਗਏ ਨੇ ਉੱਥੇ ਵੀ ਜਿਹੜੀ ਮਿੱਟੀ ਹੈ ਉਹ ਖੁਰਰੀ ਹੈ, ਅਤੇ ਨਾਲ ਇਹਦੇ ਜਿਹੜੀ ਪੱਟੜੀ ਹੈ ਉਸ ਤੋਂ ਬਾਅਦ ਜੇਕਰ ਇਸ ਨੂੰ ਹੋਰ ਖੋਰਾ ਲੱਗਦਾ ਤਾਂ ਹੋ ਸਕਦਾ ਕਿ ਇਹ ਪਾਣੀ ਦੀ ਮਾਰ ਨੇੜਲੇ ਪਿੰਡਾਂ ਦੇ ਵਿੱਚ ਪਹੁੰਚ ਜਾਵੇ। ਪਰ ਗਨੀਮਤ ਇਹ ਹੈ ਕਿ ਜਿਹੜੇ ਪਿੰਡ ਵਾਲੇ ਨੇ ਉਹ ਲਗਾਤਾਰ ਰਾਤ ਤੋਂ ਇੱਥੇ ਨਿਗਰਾਨੀ ਰੱਖਦੇ ਨੇ, ਟਾਹਣੇ ਲਾਏ ਜਾ ਰਹੇ ਨੇ, ਅਤੇ ਜਿੱਧਰੋਂ ਕੋਈ ਗੱਡੀ ਆਉਂਦੀ ਹੈ ਪੱਟੜੀ ਤਾਂ ਉਹਨੂੰ ਵੀ ਦੱਸਿਆ ਜਾਂਦਾ ਕਿ ਭਾਈ ਇੱਧਰ ਜਿਹੜੀ ਪੱਟੜੀ ਆ ਉਹ ਖੋਖਲੀ ਹੋ ਚੁੱਕੀ ਹੈ, ਹੌਲੀ ਚੱਲੋ। ਸੋ ਕਿਤੇ ਨਾ ਕਿਤੇ ਵਿਭਾਗ ਦੀ ਵੀ ਇਸ ਮਾਮਲੇ 'ਚ ਅਣਗਹਿਲੀ ਹੈ ਕਿ ਜੇਕਰ ਤੁਸੀਂ ਸਾਹਮਣੇ 10 ਦਿਨ ਪਹਿਲਾਂ ਥੈਲੇ ਲਾ ਕੇ ਕਿਨਾਰੇ ਮਜ਼ਬੂਤ ਕਰ ਸਕਦੇ ਹੋ ਤਾਂ ਇਹ ਖੁਰਦਾ ਹੋਇਆ ਕਿਨਾਰਾ ਤੁਹਾਡੀ ਨਜ਼ਰ ਦੇ ਵਿੱਚ ਕਿਉਂ ਨਹੀਂ ਆਇਆ? ਪਟਿਆਲਾ ਦੇ ਰੋਗਲਾ ਹੈੱਡ ਤੋਂ ਮਨੋਜ ਸ਼ਰਮਾ, ਨਿਊਜ਼ 18 ਪੰਜਾਬ।